ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ ਸਨ 1991 ਦੀ ਜਨਵਰੀ ਦਾ ਮਹੀਨਾ ਅਹਿਮ ਦੀਆ ਜਮਾਤ ਦੇ ਸਥਾਪਨਾ ਸਮਾਰੋਹ ਕਾਧੀਆਂ ਚ ਚੱਲ ਰਹੇ ਸਨ ਪ੍ਰਸਿੱਧ ਪੱਤਰਕਾਰ ਹਰਬੀਰ ਸਿੰਘ ਪਵਰ ਸਮਾਗਮ ਕਵਰ ਕਰਨ ਲਈ ਤੜਕੇ ਅੰਮ੍ਰਿਤਸਰੋਂ ਤੁਰ ਪਏ ਅਜੇ ਬਟਾਲੇ ਤੋਂ ਕੁਝ ਕਿਲੋਮੀਟਰ ਦੂਰ ਹੀ ਸਨ ਕਿ ਸੜਕ ਤੋਂ ਹੱਟਵੇਂ ਪਿੰਡ ਕਾਲੀਆਂ ਬਾਂਹਣੀਆਂ ਵੱਲੋਂ ਭਾਰੀ ਫਾਇਰਿੰਗ ਦੀ ਆਵਾਜ਼ ਆਈ ਗੱਡੀ ਉਸੇ ਵੇਲੇ ਉਧਰ ਮੋੜ ਲਈ ਇੱਕ ਕਮਾਤ ਦੇ ਖੇਤ ਦੁਆਲੇ ਕਿੰਨੀ ਸਾਰੀ ਪੁਲਿਸ ਸੀ ਪੁਲਸ ਵਾਲੇ ਇੱਕ ਸਿੱਖ ਨੌਜਵਾਨ ਦੀ ਦੇ ਕਮਾਤ ਤੋਂ ਬਾਹਰ ਲਿਆ ਰਹੇ ਸਨ ਨਾਲ ਹੀ ਉਹਦੇ AK-47 ਵੀ ਮ੍ਰਿਤਕ ਦਾ ਸਰੀਰ ਤਾਜ਼ੀਆਂ ਵੱਜੀਆਂ ਗੋਲੀਆਂ ਵਿੰਨਿਆਂ ਪਿਆ ਸੀ ਨੱਕ ਚੋਂ ਲਹੂ ਵਗ ਰਿਹਾ ਸੀ ਘੜੀ ਕੁਮਗਰੋਂ ਕਾਦੀਆਂ ਨੂੰ ਤੁਰ ਪਏ ਆਥਣ ਵੇਲੇ ਅੰਮ੍ਰਿਤਸਰ ਪਰਤੇ ਸਰਕਟ ਹਾਊਸ ਤੇ ਤਤਕਾਲੀਨ ਡੀਆਈਜੀ ਬਾਰਡਰ ਰੇਂਜ ਦੌਲਤ ਰਾਮ ਪੱਟੀ ਦੀ ਪ੍ਰੈਸ ਨਾਲ ਮਿਲਣੀ ਸੀ ਟੇਬਲ ਤੇ ਬੈਠੇ ਆ ਭੱਟੀ ਜੀ ਨੂੰ ਆਖਿਆ ਕਿ ਅੱਜ ਸਵੇਰੇ ਕਾਦੀਆਂ ਜਾਂਦੇ ਆ ਸਬੱਬੀ ਇੱਕ ਅਸਲੀ ਮੁਕਾਬਲਾ ਵੇਖ ਲਿਆ ਬੜੀ ਜ਼ਿਆਦਾ ਗੋਲੀ ਚੱਲੀ ਸਾਰੀ ਗੱਲ ਸੁਣ ਹੱਸ ਪਿਆ ਆਖੇ ਭਵਰ ਸਾਹਿਬ ਜੇ ਅੱਜ ਸਵੇਰ ਵਾਲਾ ਅਸਲੀ ਸੀ ਤਾਂ ਹੁਣ ਤੱਕ ਪੰਜਾਬ 'ਚ ਹੋਏ ਸਭ ਅਸਲੀ ਹੀ ਨਹੀਂ ਉਹ ਮੁੰਡਾ ਚੰਚਲ ਸਿੰਘ ਉਦੋਂ ਕੇ ਅਸੀਂ 3 ਦਿਨ ਹੋਏ ਹਾਲ ਬਾਜ਼ਾਰ 'ਚੋਂ ਫੜਿਆ ਸੀ ਤਫ਼ਤੀਸ਼ ਮਗਰੋਂ ਜਦੋਂ ਸਭ ਜਾਣਕਾਰੀ ਕਢਵਾ ਲਈ ਤਾਂ ਅੱਜ ਸਵੇਰੇ ਖਾਲੀ ਮੈਗਜ਼ੀਨ ਵਾਲੀ असॉल्ट ਫੜਾ ਕੇ ਉਸ ਕਮਾਦ ਅੰਦਰ ਵਾਰ ਦਿੱਤਾ ਫਿਰ ਬਾਹਰ ਉਹ ਹੀ ਕੀਤਾ ਜੋ ਤੁਸੀਂ ਅੱਖੀਂ ਵੇਖਿਆ ਸੋ ਦੋਸਤੋ ਕੋਈ ਮੁਕਾਬਲਾ ਜਾਣਕਾਰੀ ਕਢਵਾਉਣ ਤੋਂ ਪਹਿਲਾਂ ਬਣਾਇਆ ਜਾਏ ਕਿ ਮਗਰੋਂ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਸਟੇਟ ਦਾ ਫਾਇਦਾ ਕਿਸ ਗੱਲ ਚ ਹੈ ਕੁਝ ਗੱਲਾਂ ਬਾਹਰੀ ਤੌਰ ਤੇ ਹੋ ਰਹੀ ਜਾਪਦੀਆਂ ਪਰ ਥੋੜਾ ਜ਼ੋਰ ਪਾ ਕੇ ਵੇਖਿਆ ਜਾਏ ਤਾਂ ਕਹਾਣੀ ਕੁਝ ਹੋਰ ਹੀ ਨਿਕਲਦੀ ਹੈ ਕਈ ਵਾਰ ਲੱਖਾਂ ਕਰੋੜਾਂ ਦੀ ਮਿੱਟੀ ਹੋਈ ਮੁਠੀ ਜੇਕਰ ਖੁੱਲ ਜਾਏ ਤਾਂ ਕੱਖਾਂ ਤੋਂ ਵੀ ਹਲਕੀ ਰਹਿ ਜਾਂਦੀ ਹੈ ਧੰਨਵਾਦ